ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਜੀ ਜਿਹੜੀ ਪੰਜਾਬ ਪੁਲਿਸ ਹੈੱਡ ਕਨਸਟੇਬਲ ਦੀ ਅਨਸਰ ਕੀ ਹੈ ਜੀ ਉਹ ਚੈੱਕ ਕਿਵੇਂ ਕਰਨੀ ਹੈ ਤੇ ਉਸ ਤੋਂ ਬਾਅਦ ਜੇ ਚੈੱਕ ਕਰਕੇ ਕੋਈ ਵੀ ਓਬਜੈਕਸ਼ਨ ਹੈ ਜੀ ਕੁਐਸਚਨ ਤੇ ਤੁਸੀਂ ਓਬਜੈਕਸ਼ਨ ਕਿਵੇਂ ਲਗਾ ਸਕਦੇ ਹੋ ਸਾਰੀ ਡਿਟੇਲ ਦੇਵਾਂਗੇ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰੇਣੇ ਸਬਸਕ੍ਰਾਈਬ ਨਹੀਂ ਕਰਿਆ ਤੇ ਵੀਡੀਓ ਪੂਰੀ ਦੇਖਿਆ ਕਰੋ ਜੀ ਪੂਰੀ ਦੇਖਣ ਨਾਲ ਆਏ ਆ ਜੀ ਤੁਹਾਨੂੰ ਪੂਰਾ ਸਮਝ ਲੱਗ ਜਾਂਦਾ ਠੀਕ ਹੈ ਜੀ ਬਾਅਦ ਚ ਤੁਸੀਂ ਫਿਰ ਕਮੈਂਟ ਕਰਦੇ ਹੋ ਕਿਉਂਕਿ ਜੱਦ ਤੋਂ ਵੱਧ ਵੀਡੀਓ ਦੇ ਅਨਸਰ ਤੁਹਾਡੇ ਵੀਡੀਓ ਦੇ ਵਿੱਚ ਹੀ ਹ ਠੀਕ ਹੈ ਜੀ ਤਾਂ ਕਰਕੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾ ਕਰੋ ਵੀ ਵੀਡੀਓ ਨੂੰ 2-4 ਮਿੰਟਾਂ ਦੇ ਜ਼ਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਆਪਾਂ ਉਹ ਮਤਲਬ ਸਹੀ ਆਨਸਰ ਹੁੰਦੇ ਨੇ ਵਿੱਚ ਚਲੋ ਆਪਾਂ ਗੱਲ ਸ਼ੁਰੂ ਕਰ ਦਿਆਂ ਜੀ ਆ ਦੇਖ ਸਕਦੇ ਤੁਸੀਂ ਪਹਿਲਾਂ ਆਈਡੀ ਤੇ ਪਾਸਵਰਡ ਕਰਕੇ ਲੌਗਇਨ ਕਰ ਲੈਣਾ ਜੀ ਤੁਸੀਂ ਪਹਿਲਾਂ ਆਪਣਾ ਆਈਡੀ ਆਪ ਨੂੰ ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਇੱਥੇ 올 ਦੀ ਆਪਸ਼ਨ ਆ ਰਹੀ ਹੈ ਜੀ ਆ ਦੇਖੋ ਇਹ 올 ਦੀ ਆਪਸ਼ਨ ਤੇ ਕਲਿੱਕ ਕਰਦੇ ਨੇ ਜੀ ਤੁਸੀਂ ਜਿਹੜੀ ਆ 올 ਦੀ ਆਪਸ਼ਨ ਆ ਰਹੀ ਹੈ ਇਸ ਤੇ ਕਲਿੱਕ ਕਰੋਗੇ ਤੁਸੀਂ ਦੇਖ ਸਕਦੇ ਹੋ ਸਾਰੀ ਆ ਜੂਗੀ ਕੌਨਸਟੇਬਲ ਹੈਡ ਕੌਨਸਟੇਬਲ A to Z ਆ 3rd ਨੰਬਰ ਤੇ ਪਿਆ ਜੀ ਹੈਡ ਕੌਨਸਟੇ ਹੈਲਪ ਡਿਸਕ ਤੋਂ ਬਾਅਦ ਇਸ ਤੇ ਕਲਿੱਕ ਕਰ ਦੇਣਾ ਜੀ ਤੁਸੀਂ ਜਦੋਂ ਇਸ ਤੇ ਕਲਿੱਕ ਕਰੋਗੇ ਜੀ ਤੁਸੀਂ ਉਸ ਤੋਂ ਬਾਅਦ ਨੀਚੇ ਦਿਸ਼ਾ ਐਡਿਟ ਦੀ ਆਪਸ਼ਨ ਆਉਗੀ ਜੀ ਇੱਕ ਆਹ ਤੁਸੀਂ ਦੇਖ ਸਕਦੇ ਹੋ ਆ ਐਡਿਟ ਦੀ ਆਪਸ਼ਨ ਆ ਰਹੀ ਹੈ ਇਹਦੇ ਉੱਤੇ ਕਲਿੱਕ ਕਰ ਦੇਣਾ ਜੀ ਤੁਸੀਂ ਠੀਕ ਹੈ ਜੀ ਆ ਜਿਹੜੀ ਐਡਿਟ ਦੀ ਆਪਸ਼ਨ ਆ ਰਹੀ ਹੈ ਇਸ ਤੇ ਕਲਿੱਕ ਕਰ ਦੇਣਾ ਜਦੋਂ ਇਸ ਤੇ ਕਲਿੱਕ ਕਰੋਗੇ ਜੀ ਉਸ ਤੋਂ ਬਾਅਦ ਤਿੰਨ ਚਾਰ ਆਪਸ਼ਨ ਆਉਣਗੀਆਂ ਜੀ ਠੀਕ ਹੈ ਜੀ ਉਹ ਤਿੰਨ ਆਪਸ਼ਨਾਂ ਦੇ ਵਿੱਚੇ ਤੁਹਾਡਾ ਹੋਆ ਉਸ ਤੋਂ ਬਾਅਦ ਜੀ ਤੁਸੀਂ ਆ 3 ਡਾਟ ਨਜ਼ਰ ਆ ਰਹੇ ਨੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਤੇ ਕਲਿੱਕ ਕਰਨਾ ਤੁਸੀਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇਹਨੂੰ ਡੈਸਕਟਾਪ ਸਾਈਟ ਕਰ ਲੈਣਾ ਆ ਦੇਖੋ ਜੀ ਡੈਸਕਟਾਪ ਸਾਈਟ ਦੀ অপਸ਼ਨ ਆ ਰਹੀ ਹੈ ਇਹਨੂੰ ਡੱਬੇ ਨੂੰ ਓਕੇ ਕਰ ਦੇਣਾ ਜੀ ਠੀਕ ਹੈ ਇਸ ਤੋਂ ਬਾਅਦ ਤੁਹਾਡੀ ਜਿਹੜੀ ਡੈਸਕਟਾਪ ਸਾਈਟ ਹੋ ਜਾਊਗੀ ਆ ਦੇਖ ਸਕਦੇ ਹੋ ਤੁਸੀਂ ਹੁਣ ਇਹ ਆਪਸ਼ਨ ਆ ਤਿੰਨੇ ਚਾਰੇ ਆਪਸ਼ਨ ਆ ਰਹੀਆਂ ਨੇ ਜੀ ਪਹਿਲਾ ਐਪਲੀਕੇਸ਼ਨ ਡਿਟੇਲ ਦੀ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਪੇਮੈਂਟ ਸਲਿੱਪਰ ਦੀ ਹੈ ਉਸ ਤੋਂ ਬਾਅਦ ਆ ਓਬਜੈਕਸ਼ਨ ਫਾਰਮ ਹੈ ਉਸ ਤੋਂ ਬਾਅਦ ਜਿਹੜਾ ਆਲ ਲਿਖਿਆ ਹੋਇਆ ਜੀ ਇਹ ਅਬਜੈਕਸ਼ਨ ਫਾਰਮ ਬਾਰੇ ਤੁਹਾਨੂੰ ਬਾਅਦ ਚ ਦੱਸ ਦਿਆਂ ਉਸ ਤੋਂ ਪਹਿਲਾਂ ਤੁਸੀਂ ਅਨਸਰ ਕੀ ਦੇਖ ਲਓ ਕਿਵੇਂ ਚੈੱਕ ਕਰਨੀਆਂ ਆਲ ਤੇ ਕਲਿੱਕ ਕਰ ਦੇਣਾ ਜੀ ਤੁਸੀਂ ਆਹ ਦੇਖੋ ਜੀ ਕੈਂਡੀਡੇਟ ਰਿਸਪੌਂਸ ਇਹ ਲਿਖਿਆ ਹੋਇਆ ਇਸ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਆਹ ਦੇਖ ਸਕਦੇ ਹੋ ਦੋਨੇ ਅਨਸਰ ਕੀ ਆ ਚੁੱਕੇ ਨੇ ਪੇਪਰ 1 ਦੀ ਵੀ ਪੇਪਰ 2 ਦੀ ਵੀ ਹੁਣ ਤੁਸੀਂ ਪੇਪਰ 1 ਦੀ ਚੈੱਕ ਕਰਨੀਆਂ ਕਲਿੱਕ ਹੇਅਰ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਸੀਂ ਆਹ ਸਾਰੀ ਡਿਟੇਲ ਆ ਜਾਊਗੀ ਜੀ ਤੁਹਾਡੀ ਆ ਤੁਸੀਂ ਦੇਖ ਸਕਦੇ ਹੋ ਜੀ ਆਹ ਲੋ ਆ ਆ ਚੁੱਕੀ ਹੈ ਜੀ ਡਿਟੇਲ ਜਿਹਦੇ ਵਿੱਚ ਆ ਦੇਖੋ ਫਰਸਟ ਕੁਐਸਚਨ ਕੀ ਦਿੱਤਾ ਹੋਇਆ ਤੇ ਆ ਦੇਖ ਸਕਦੇ ਹੋ ਤੁਸੀਂ ਨਿਮਤ ਲਿਕਸ ਵਿੱਚੋਂ ਕਿਹੜੀ ਤਾਰਾ ਵਿਧਾਨ ਸਭਾ ਦੀਆਂ ਅਵਸ਼ੇਸ਼ ਸ਼ਕਤੀਆਂ ਨਾਲ ਸੰਬੰਧਿਤ ਹੈ ਇਹ ਬੱਚੇ ਨੇ ਅਨਸਰ ਦਿੱਤਾ ਜੀ 3 ਪਰ ਇਹ ਅਨਸਰ ਹੈਗਾ ਜੀ 2 ਠੀਕ ਹੈ ਜੀ ਉਸੇ ਤਰ੍ਹਾਂ ਅਗਲਾ ਚੈੱਕ ਕਰ ਲੈਣਾ ਜਿਹੜੇ ਜਿਹੜੇ ਅਨਸਰ ਤੁਹਾਡੇ ਸਹੀ ਨੇ ਸੈਕਿੰਡ ਦਾ ਤੁਸੀਂ ਦੇਖ ਸਕਦੇ ਹੋ ਜੀ ਸੈਕਿੰਡ ਦੇ ਵਿੱਚ ਦੇਖ ਸਕਦੇ ਹੋ ਅਨਸਰ ਕੀ ਦਿੱਤੀ 3 ਬੱਚੇ ਨੇ ਅਨਸਰ ਵੀ ਕੀ ਦਿੱਤਾ ਹੋਇਆ ਜੀ 3 ਤਾਂ ਇਦਾਂ ਲਾ ਮਤਲਬ ਇਹ ਤੁਹਾਡੇ 4 ਨੰਬਰ ਜੁੜ ਗਏ ਜੀ ਉਸ ਤੋਂ ਬਾਅਦ ਇਸੇ ਤਰ੍ਹਾਂ ਤੁਸੀਂ ਆਪਦੇ ਨੰਬਰ ਜੋੜ ਲੈਣੇ ਨੇ ਅੱਗੇ ਤੋਂ ਅੱਗੇ ਤੱਕ ਜਿਹੜੇ ਜਿਹੜੇ ਸਹੀ ਨੇ ਠੀਕ ਹੈ ਜੀ ਉਹਦੀ ਮਤਲਬ ਕੀ ਅਨਸਰ ਜੋੜ ਲੈਣੇ ਨੇ ਜਿੰਨੇ ਗਲਤ ਨੇ ਉਸ ਦੀ ਓਬਜੈਕਸ਼ਨ ਤੁਸੀਂ ਦੇਖ ਲੈਣਾ ਵੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੈਗੀ ᱛੀ ਤਾਂ ਤਾਂ ਤੁਸੀਂ ਕਟਾ ਲੈਣੇ ਅਸਲ ਤਾਂ ਹੈ ᱛੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੈਗੀ ᱛੀ ਇਹਦਾ ਇੱਕ ਨੰਬਰ ਕਟੂ ਆ ਜੀ ਠੀਕ ਹੈ ਜਿਹੜੇ ਜਿਹੜਾ ਕੁਐਸਚਨ ਆਪਾਂ ਨੇ ਗਲਤ ਕਰੇ ਨੇ ਜਿਹੜੇ ਛੱਡ ਤੇ ਉਹਨਾਂ ਦਾ ਕੋਈ ਵੀ ਕੁਐਸਚਨ ਆਪਾਂ ਨੇ ਨੰਬਰ ਨਹੀਂ ਕਟਣਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਬੈਕ ਆ ਜਾਣਾ ਜੀ ਬੈਕ ਆਉਣ ਤੋਂ ਬਾਅਦ ਜਿਹੜੀ ਹੋਰ ਤੁਸੀਂ ਦੇਖ ਸਕਦੇ ਹੋ ਔਲ ਤੇ ਕਲਿੱਕ ਕਰਿਆ ਤਾਂ ਆਪਾਂ ਓਬਜੈਕਸ਼ਨ ਵਾਲੀ ਫਾਰਮ ਆ ਰਹੀ ਹੈ ਜੀ ਦੇਖੋ ਜੀ ਠੀਕ ਹੈ ਜੀ ਆ ਓਬਜੈਕਸ਼ਨ ਫਾਰਮ ਇਸ ਤੇ ਕਲਿੱਕ ਕਰ ਦੇਣਾ ਓਬਜੈਕਸ਼ਨ ਦੱਸਾਂਗੇ ਹੁਣ ਤੁਹਾਨੂੰ ਕਿਵੇਂ ਲਗਾਉਣੀ ਹੈ ਉਸ ਤੋਂ ਬਾਅਦ ਜਿਹੜਾ ਪਲੱਸ ਦਾ ਆਈਕਨ ਆ ਰਿਹਾ ਹੈ ਜੀ ਆ ਦੇਖੋ ਤੁਸੀਂ ਇਸ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇਹ ਕੁਝ ਟਰਮਾਂ ਦੱਸਣਗੇ ਜੀ ਤੁਹਾਨੂੰ ਜਿਹਦੇ ਵਿੱਚੋਂ ਤੁਹਾਨੂੰ ਇਹਨਾਂ ਨੇ ਗੌਰ ਰੱਖਣੀ ਹੈ ਕੁਝ ਟਰਮਾਂ ਤੁਹਾਨੂੰ ਅਸੀਂ ਵੀ ਦੱਸਾਂਗੇ ਵੀ ਜ਼ਰੂਰੀ ਜਿਹੜੀ ਚੀਜ਼ਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਸਕਰੋਲ ਕਰ ਲੈਣਾ ਕਲੋਜ਼ ਤੇ ਕਲਿੱਕ ਕਰਕੇ ਹੁਣਾ نیچے ਆ ਜਾਣਾ ਦੇਖੋ ਇਹਦੇ ਵਿੱਚ ਹੁਣ ਆਪਾਂ ਨੇ ਸਿਲੈਕਟ ਹੋਈ ਹੈ ਜਿਹੜੀ ਪੋਸਟ ਤਾਂ ਹੋਈ ਹੋਈ ਹੈ ਜੀ ਇਸ ਤੋਂ ਬਾਅਦ ਤੁਹਾਡਾ ਦੇਖੋ ਜੀ ਐਗਜ਼ਾਮ ਡੇਟਾ ਇਹਦੇ ਵਿੱਚ ਜਿਹੜੀ ਵੀ ਐਗਜ਼ਾਮ ਨੂੰ ਤੁਹਾਡਾ ਪੇਪਰ ਹੋਇਆ ਜੀ ਉਹ ਐਗਜ਼ਾਮ ਸਿਲੈਕਟ ਕਰ ਲੈਣੀ ਆ ਉਸ ਤੋਂ ਬਾਅਦ ਸਿਲੈਕਟ ਕਰ ਲੈਣੀ ਤੁਹਾਡੀ ਸ਼ਿਫਟ ਏ ਹੈ ਵੀ ਹੈ ਜਿਹੜੀ ਵੀ ਸ਼ਿਫਟ ਹੈ ਜੀ ਤੁਹਾਡੀ ਉਹ ਸ਼ਿਫਟ ਸਿਲੈਕਟ ਕਰ ਲੈਣੀ ਆ ਉਸ ਤੋਂ ਬਾਅਦ ਦੇਖ ਸਕਦੇ ਹਾਂ ਇਹ ਕਮੈਂਟ ਆ ਤੁਸੀਂ ਦੇਖ ਸਕਦੇ ਜਦੋਂ ਵੀ ਤੁਸੀਂ ਸ਼ਿਫਟ 1 ਸਿਲੈਕਟ ਕਰੋਗੇ ਤਾਂ ਉਹਦੇ ਵਿੱਚ ਫਰਸਟ ਪੇਪਰ ਦੀ ਆਜੂਗੀ ਜੀ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਸ਼ਿਫਟ ਟੂ ਸਿਲੈਕਟ ਕਰੋਗੇ ਫਿਰ ਸੈਕੰਡ ਪੇਪਰ ਆਜੂਗਾ ਜੀ ਸਬਜੈਕਟ ਠੀਕ ਹੈ ਜੀ ਉਸ ਤੋਂ ਬਾਅਦ ਕੁਐਸਚਨ ਆਈਡੀ ਕੁਐਸਚਨ ਕਿਹੜਾ ਸੀ ਜੀ ਠੀਕ ਹੈ ਜੀ ਆਬਜੈਕਸ਼ਨ ਆਬਜੈਕਸ਼ਨ ਕਿਉਂ ਲਗਾਉਣੀ ਆ ਵੀ ਗਲਤ ਹੈ ਜਾਂ ਕੋਈ ਰੀਜ਼ਨ ਹੈ ਉਹ ਪਾ ਦੇਣਾ ਉਸ ਤੋਂ ਬਾਅਦ ਇਹਦੇ ਰਿਮਾਰਕ ਦੇ ਵਿੱਚ ਤੁਹਾਨੂੰ ਦੱਸਣਾ ਵੀ ਇਹ ਗਲਤ ਕਿਉਂ ਹੈ ਫੁੱਲ ਡਿਟੇਲ ਦੇ ਦੇਣੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਕਿਵੇਂ ਉਹ ਉਸ ਤੋਂ ਬਾਅਦ ਅਮਾਉਂਟ ਦਾ ਇੱਥੇ ਭਰੇ ਹੋਊਗਾ ਜੀ ਉਸ ਤੋਂ ਬਾਅਦ ਆ ਕਲਿੱਕ ਅਪਲੋਡ ਤੇ ਤੁਹਾਨੂੰ ਅਪਲੋਡ ਠੀਕ ਹੈ ਜੀ ਬੁੱਕ ਦੇ ਵਿੱਚੋਂ ਜਿਹੜਾ ਕੁਐਸਚਨ ਤੁਸੀਂ ਗਲਤ ਜਾਂ ਸਹੀ ਕਹਿ ਰਹੇ ਹੋ ਉਹ ਉਹਦੀ ਫੋਟੋ ਖਿੱਚ ਕੇ ਅਪਲੋਡ ਕਰ ਦੇਣੀ ਹੈ ਜੀ ਠੀਕ ਹੈ ਜੀ ਇਹ 400kb ਦੀ ਫੋਟੋ ਹੋਣੀ ਚਾਹੀਦੀ ਹੈ ਘੱਟੋ ਘੱਟ ਜੀ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਫੋਟੋ ਇਹ ਉਸ ਤੋਂ ਬਾ बस सबमिट ਦੇ অপਸ਼ਨ ਤੇ ਤੁਹਾਨੂੰ ਕਲਿੱਕ ਕਰ ਦੇਣਾ ਇਸ ਤਰ੍ਹਾਂ ਤੁਹਾਡੀ ਓਬਜੈਕਸ਼ਨ ਠੀਕ ਹੈ ਜੀ ਪਹੁੰਚ ਜਾਵੇਗੀ ਉਹਨਾਂ ਕੋਲ ਠੀਕ ਹੈ ਜੀ ਤੇ ਇੱਕ ਓਬਜੈਕਸ਼ਨ ਦਾ ਸਾਰੇ ਨੂੰ ਫਾਇਦਾ ਹੋਊਗਾ ਜੀ ਠੀਕ ਹੈ ਜੇ ਕੋਈ ਵੀ ਓਬਜੈਕਸ਼ਨ ਸਹੀ ਹੁੰਦੀ ਹੈ ਤਾਂ ਸਾਰੇ ਬੱਚਿਆਂ ਨੂੰ ਨੰਬਰ ਮਿਲਣਗੇ ਜੀ ਉਸ ਦੇ ਠੀਕ ਹੈ ਜੀ ਕੋਈ ਵੀ ਮਤਲਬ ਆਏ ਨਹੀਂ ਹੈਗਾ ਵੀ ਉਸ ਦੇ ਸਰਪ ਤੁਹਾਨੂੰ ਤੁਹਾਨੂੰ ਨੰਬਰ ਮਿਲਣਗੇ ਤੇ ਬਾਕੀ ਪੈਸੇ ਵੀ ਵਾਪਸ ਹੋ ਜਾਣਗੇ ਤੁਹਾਡੇ 50 ਰੁਪਏ ਜੇ ਓਬਜੈਕਸ਼ਨ ਤੁਹਾਡੀ ਸਹੀ ਹੋਈ ਜੇ ਗਲਤ ਹੋਈ ਫਿਰ ਤੁਹਾਡੇ ਪੈਸੇ ਵੀ ਨਹੀਂ ਵਾਪਸ ਹੋਣੇ ਠੀਕ ਹੈ ਜੀ ਤਾਂ ਕਰਕੇ ਦੇਖ ਕੇ ਓਬਜੈਕਸ਼ਨ ਲਗਾਓ ਦੋ ਤਿੰਨ ਦੋਸਤ ਮਿੱਤਰਾਂ ਦੇ ਵਿੱਚ ਬੈਠ ਕੇ ਇਕੱਠੇ ਰਾਏ ਕਰਕੇ ਠੀਕ ਹੈ ਜੀ ਫਿਰ ਓਬਜੈਕਸ਼ਨ ਲਗਾਓ ਜੀ ਤਾਂ ਜੋ ਤੁਹਾਡੇ ਨਾਲੇ ਪੈਸੇ ਬਚਣ ਜੀ ਨਾਲੇ ਤੁਹਾਨੂੰ ਦੋਨਾਂ ਨੂੰ ਪਤਾ ਲੱਗ ਜਾਊਗਾ ਜੀ ਸਾਰੀ ਡਿਟੇਲ ਠੀਕ ਹੈ ਜੀ ਬਾਕੀ ਜੇ ਵੀ ਕੋਈ ਵੀ ਕੁਐਸਚਨ 'ਚ ਤੁਹਾਨੂੰ ਦਿੱਕਤ ਹੈ ਸੇ ਸਾਨੂੰ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਇਸੇ ਰਿਪਲਾਈ ਜਰੂਰ ਕਰਾਂਗੀ ਤੁਹਾਡਾ ਠੀਕ ਹੈ ਜੀ ਬਹੁਤ ਬਹੁ ਬਹੁਤ ਬਹੁਤ ਧੰਨਵਾਦੀ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਜੀ